ਦੋਸਤੋ ਕੁਝ ਸਮਾਂ ਪਹਿਲਾਂ ਹੀ ਜੈਪਾਲ ਭੁੱਲਰ ਦਾ ਇਨਕਾਊਂਟਰ ਹੋਇਆ ਜਿਸ ਨਾਲ ਜੱਸੀ ਖਰੜਵੀ ਮਾਰਿਆ ਗਿਆ ਇਹਨਾਂ ਦੋਵਾਂ ਦੇ ਇਨਕਾਊਂਟਰ ਨੂੰ ਲੈ ਕੇ ਪੰਜਾਬ 'ਚ ਮਾਹੌਲ ਕਾਫੀ ਗਰਮ ਵੀ ਰਿਹਾ ਕਿਉਂਕਿ ਦੋਵਾਂ ਦੇ ਪਰਿਵਾਰਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਦੋਵੇਂ ਸਰੈਂਡਰ ਕਰਨ ਨੂੰ ਤਿਆਰ ਸੀ ਪਰ ਪੁਲਸ ਨੇ ਸਰੈਂਡਰ ਕਰਵਾਉਣ ਦੀ ਥਾਂ ਦੋਨਾਂ ਨਾਲ ਪਹਿਲਾਂ ਕਟਮਾਰਕ ਕੀਤੀ ਅਤੇ ਫਿਰ ਇਹਨਾਂ ਦਾ ਇਨਕਾਉਂਟਰ ਬਣਾ ਦਿੱਤਾ ਗਿਆ ਸੋ ਦੋਸਤੋ ਇਹਨਾਂ ਤੋਂ ਬਾਅਦ ਇੱਕ ਹੋਰ ਗੈਂਟਰ ਦਾ ਨਾਂ ਵੀ ਕਾਫੀ ਚਰਚਾ ਚ ਆਇਆ ਸੀ ਇਹਦੀ ਵਜ੍ਹਾ ਸੀ ਕਿ ਸਿੱਧੂ ਮੂਸੇ ਵਾਲੇ ਨੇ ਆਪਣੇ ਗਾਣੇ ਵਿੱਚ ਇਹਦਾ ਜ਼ਿਕਰ ਕੀਤਾ ਸੀ ਗੀਤ ਵਿੱਚ ਮੂਸੇ ਵਾਲਾ ਡਿੰਪੀ ਚੰਦ ਭਾਨ ਦਾ ਨਾਂ ਲੈ ਰਿਹਾ ਸੀ ਤੇ ਡਿੰਪੀ ਚੰਦ ਭਾਨ ਵਾਂਗੂ ਪੱਗ ਬੰਨਣ ਦੀ ਗੱਲ ਕਰ ਰਿਹਾ ਹੈ ਸੋ ਦੋਸਤੋ ਅੱਜ ਇਸ ਵੀਡੀਓ ਵਿੱਚ ਪ੍ਰਭ ਜਿੰਦਰ ਸਿੰਘ ਬਰਾੜ ਜਾਨੀ ਕਿ ਡਿੰਪੀ ਚੰਦਪਾਣ ਬਾਰੇ ਗੱਲ ਆਪਾਂ ਕਰਾਂਗੇ ਕਿਉਂਕਿ ਡਿੰਪੀ ਚੰਦਪਾਣ ਉਹਨਾਂ ਮੋਢਲੇ ਨਾਮਾਂ ਵਿੱਚੋਂ ਹੈ ਜਿੱਥੋਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਗੈਂਗਸਟਰ ਅਤੇ ਗੈਂਗਵਾਰ ਦੀ ਸ਼ੁਰੂਆਤ ਹੋਈ ਸੋ ਜਾਣਕਾਰੀ ਕਾਫੀ ਖਾਸ ਹੋਣ ਵਾਲੀ ਹੈ ਸੋ ਵੀਡੀਓ ਨੂੰ ਅਖੀਰ ਤੱਕ ਸੁਣਿਓ ਅਤੇ ਜਿੰਨਾ ਵੀ ਇਹਨਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਅਤੇ ਬੈਲ ਵਾਲਾ ਬਟਨ ਵੀ ਦਬਾ ਲੈਣ ਤਾਂ ਕਿ ਏਦਾਂ ਦੀਆਂ ਅਸੀਂ ਦਿਲਚਸਪ ਗੱਲਾਂ ਸੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਸੋ ਦੋਸਤੋ ਗੱਲ ਕਰਦੇ ਹਾਂ ਡਿੰਪੀ ਚੰਦਪਾਨ ਦੀ ਡਿੰਪੀ ਚੰਦਪਾਨ ਦਾ ਜਨਮ 26 ਅਗਸਤ 1962 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਂਚ ਹੋਇਆ ਪਰਿਵਾਰ ਨੇ ਨਾਮ ਰੱਖਿਆ ਪ੍ਰਭਜਿੰਦਰ ਸਿੰਘ ਬਰਾੜ ਪਰਿਵਾਰ ਦਾ ਇੱਕੋ ਇੱਕ ਮੁੰਡਾ ਡਿੰਪੀ ਇੱਕ ਅਮੀਰ ਲੈਂਡਲੋਰਡ ਕਰਦਾ ਮੁੰਡਾ ਸੀ ਪਿਤਾ ਪਿੰਡ ਦੇ ਸਰਪੰਚ ਰਹਿ ਚੁੱਕੇ ਸੀ ਅਤੇ ਡਿੰਪੀ ਦੇ ਛੋਟੇ ਹੁੰਦਿਆਂ ਹੀ ਕਰੰਟ ਲੱਗਣ ਦੇ ਕਾਰਨ ਉਹ ਆਕਾਲ ਚਲਾਣਾ ਕਰ ਗਏ ਸੀ ਇਕਲੌਤੀ ਔਲਾਦ ਡਿੰਪੀ ਨੂੰ ਉਸ ਦੀ ਮਾਤਾ ਨਹੀਂ ਪਾਲਿਆ ਡਿੰਪੀ ਦਾ ਨਾਂ ਪਹਿਲੀ ਵਾਰ ਪੋਰਸ ਕੋਲ ਉਦੋਂ ਆਇਆ ਜਦੋਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਮੱਖਣ ਸਿੰਘ ਦਾ ਕਤਲ ਹੋਇਆ ਇਸ ਕਤਲ ਵਿੱਚ ਡਿੰਪੀ ਦਾ ਨਾਂ ਵੀ ਦਰਜ ਹੋਇਆ ਜਿਸ ਤੋਂ ਬਾਅਦ ਡਿੰਪੀ ਦੇ ਇਸ ਰਾਹ ਉੱਤੇ ਨਿਕਲੇ ਕਦਮ ਨਹੀਂ ਰੁਕੇ ਇਸ ਸਮੇਂ ਪੰਜਾਬ ਵਿੱਚ ਮਾਹੌਲ ਕਾਫੀ ਖਰਾਬ ਚੱਲ ਰਿਹਾ ਸੀ ਤੇ ਇਸ ਦੌਰਾਨ ਡਿੰਪੀ ਦੇ ਲਿੰਕ ਕਈ ਵੱਡੇ ਲੀਡਰਾਂ ਨਾਲ ਅਤੇ ਯੂਪੀ ਦੇ ਕਈ ਗੈਂਗਸਟਰਾਂ ਦੇ ਨਾਲ ਜੁੜੇ ਜਿਨ੍ਹਾਂ ਵਿੱਚੋਂ ਪੋਲਿਟਿਸ਼ੀਅਨ ਅਤੇ ਗੈਂਗਸਟਰ ਮੁਖਤਿਆਰ ਅंसारी ਵੀ ਇੱਕ ਸੀ ਯੂਪੀ ਦੇ ਗੈਂਗਸਟਰਜ਼ ਨਾਲ ਜੁੜਨ ਤੋਂ ਬਾਅਦ ਡੈਂਪੀ ਨੇ ਪੰਜਾਬ ਹਰਿਆਣਾ ਅਤੇ ਯੂਪੀ ਦੇ ਕਈ ਵੱਡੇ ਲੀਡਰਾਂ ਲਈ ਕਿਰਨੈਪਿੰਗ ਕਤਲ ਅਤੇ ਕਈ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਇਸ ਤਰ੍ਹਾਂ ਇੱਕ ਕਿਰਨੈਪਿੰਗ ਲਈ ਡਿੰਪੀ ਚੰਦਪਾਨ ਅਤੇ ਰੌਕੀ ਫਾਜ਼ਲ ਕਾਂ ਨੂੰ ਬੰਗਲੌਰ ਸਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਡਿੰਪੀ ਚੰਦਪਾਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਦੋਵੇਂ ਸੂਬਿਆਂ 'ਚ ਚੱਲ ਰਹੇ ਕੇਸਾਂ ਵਿੱਚ ਪੰਜਾਬ ਅਤੇ ਹਰਿਆਣਾ ਲੈ ਕੇ ਆਉਂਦੀ ਹੈ ਤੇ ਇਸੇ ਦੌਰਾਨ ਡਿੰਪੀ ਪੁਸ ਗ੍ਰਿਫਤੋਂ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੇ ਮੁਤਾਬਕ ਯੂਪੀ ਲਖਨਊ ਵਿੱਚ ਚੱਲਦੇ ਇੱਕ ਕੇਸ ਵਿੱਚ ਜਦੋਂ ਡਿੰਪੀ ਨੂੰ ਬਰੀ ਕੀਤਾ ਗਿਆ ਤਾਂ ਫਰੀਦਕੋਟ ਘਰ ਵਾਪਸੀ ਤੇ ਬਠਿੰਡਾ ਕੋਟਕਪੂਰਾ ਰੋਡ ਤੇ 500 ਦੇ ਕਰੀਬ ਗੱਡੀਆਂ ਵਿੱਚ ਡਿੰਪੀ ਦੇ ਚਾਹਣ ਵਾਲੇ ਉਹਦਾ ਸਵਾਗਤ ਕਰਨ ਲਈ ਪਹੁੰਚੇ ਜਿਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਡਿੰਪੀ ਦੇ ਨਾਲ ਵੇਖਿਆ ਗਿਆ ਦੋਨੋਂ ਪਾਰਟੀਆਂ ਚਾਹੁੰਦੀਆਂ ਸਨ ਕਿ ਆਉਣ ਵਾਲੇ ਇਲੈਕਸ਼ਨ ਵਿੱਚ ਡਿੰਪੀ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜੇ ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਵੇਂ ਕਿ ਹਰ ਗੈਂਗਸਟਰ ਦੇ ਨਾਲ ਹੁੰਦਾ ਹੈ ਕਿ ਇਸ ਰਾਹ ਤੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਨੇ ਉਹੀ ਡਿੰਪੀ ਚੰਦ ਭਾਨ ਨਾਲ ਵੀ ਹੋਇਆ ਹਮੇਸ਼ਾ ਆਪਣੇ ਨਾਲ 20 ਹਥਿਆਰਬੰਦ ਲੋਕ ਰੱਖਣ ਵਾਲਾ ਡਿੰਪੀ 7 ਜੁਲਾਈ 2006 ਦੀ ਸ਼ਾਮ ਨੂੰ ਬਿਨਾ ਸਿਕਿਉਰਿਟੀ ਤੋਂ ਚੰਡੀਗੜ੍ਹ ਸੁਖਨਾ ਲੇਕ ਕਲੱਬ ਵਿੱਚ ਆਪਣੇ ਦੋਸਤਾਂ ਨਾਲ ਸੀ ਅਤੇ ਇੱਥੇ ਹੀ ਡਿੰਪੀ ਨੇ ਆਪਣੀ ਇੱਕ دوست ਜਿਹਦਾ ਨਾਮ ਹਰਨੀਬ ਕੌਰ ਸੀ ਉਸ ਨੂੰ ਮਿਲਣ ਲਈ ਬੁਲਾਇਆ ਸੀ ਉਸ ਵੱਲੋਂ ਦਿੱਤੀਆਂ ਡਿਟੇਲਸ ਦੇ ਮੁਤਾਬਕ ਕੋਈ ਸੋਨੇ ਦੀ ਚੇਨ ਹਰਨੀਬ ਨੂੰ ਦੇਣੀ ਸੀ ਜਿਸ ਲਈ ਡਿੰਪੀ ਨੇ ਹਰਨੀਬ ਨੂੰ ਸੁਖਨਾ ਲੇਕ ਕਲੱਬ ਤੇ ਬੁਲਾਇਆ ਸੀ ਸੁਖਨਾ ਲੇਕ ਕਲੱਬ ਪਹੁੰਚ ਕੇ ਹਰਨੀਬ ਨੇ ਡਿੰਪੀ ਨੂੰ ਬਾਹਰ ਬੁਲਾਉਂਦੀ ਹਰਨੀਬ ਤੇ ਜਦੋਂ ਡਿੰਪੀ ਹਰਨੀਬ ਦੀ ਨੀਲੇ ਰੰਗ ਦੀ 스ਵਿਫਟ ਕਾਰ 'ਚ ਬੈਠਦਾ ਏ ਤਾਂ 8:40 ਮਿੰਟ ਦੇ ਆਸ-ਪਾਸ ਬਾਈਕ ਤੇ ਆਏ ਦੋ ਮੁੰਡੇ ਡਿੰਪੀ ਵੱਲ ਦੀ ਬਾਰੀ ਤੇ ਪਿਸਤੌਲ ਰੱਖ ਕੇ ਡਿੰਪੀ ਅਤੇ ਹਰਨੀਬ ਤੇ ਫਾਇਰ ਕਰ ਦਿੰਦੇ ਨੇ ਜਿਸ ਤੇ ਉਹਦੇ ਪੰਜ ਤੋਂ ਸੱਤ ਗੋਲੀਆਂ ਲੱਗਦੀਆਂ ਨੇ ਗੋਲੀਆਂ ਲੱਗਣ ਦੇ ਨਾਲ ਡਿੰਪੀ ਬੇਹੋਸ਼ ਹੋ ਜਾਂਦਾ ਤੇ ਜ਼ਖਮੀ ਹੋਈ ਹਰਨੀਬ ਕਾਰ ਭਜਾ ਲੈਂਦੀ ਹੈ ਜਿਸ ਤੋਂ ਬਾਅਦ ਹਰਨੀਬ ਦੇ ਘਰਦਿਆਂ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਹਰਨੀਬ ਨੂੰ ਆ ਕੇ ਲੈ ਜਾਂਦੇ ਨੇ ਅਤੇ ਪੀਸੀਆਰ ਨੂੰ ਡਿੰਪੀ ਦੇ ਬਾਰੇ ਇਤਲਾਹ ਕਰਦੇ ਨੇ ਐਂਬੂਲੈਂਸ ਵੱਲੋਂ ਡਿੰਪੀ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਗਵਰਨਮੈਂਟ ਹਸਪਤਾਲ ਲੈ ਕੇ ਜਾਇਆ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਡਿੰਪੀ ਨੂੰ ਮਰਿਆ ਐਲਾਨ ਕਰ ਦਿੱਤਾ ਜਾਂਦਾ ਸੋ ਦੋਸਤੋ ਆਖਰੀ ਸਮੇਂ ਹਰਨੀਬ ਅਤੇ ਡਿੰਪੀ ਵਿੱਚ ਕੀ ਕੀ ਗੱਲ ਹੋਈ ਇਹ ਸਾਰੀ ਜਾਣਕਾਰੀ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਨਿਊਜ਼ ਪੇਪਰ ਨਾਲ ਸਾਂਝੀ ਕੀਤੀ ਗਈ ਸੀ ਡਿੰਪੀ ਦੀ ਮੌਤ ਦਾ ਕਾਰਨ ਉਸ ਦਾ ਪੋਲਿਟਿਕ ਪੋਲਿਟਿਕਸ ਵਿੱਚ ਵਧ ਰਿਹਾ ਰਤਬਾ ਵੀ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਮਾੜੇ ਕੰਮ ਕਰਨ ਦੇ ਨਾਲ ਹੀ ਡਿੰਪੀ ਨੇ ਕਈ ਚੰਗੇ ਕੰਮ ਵੀ ਕੀਤੇ ਜਿਸ ਕਰਕੇ ਉਹਦੇ ਚਾਹਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਸੀ ਅਤੇ ਇਸੇ ਕਰਕੇ ਕਈ ਵੱਡੀਆਂ ਪਾਰਟੀਆਂ ਡਿੰਪੀ ਨੂੰ ਆਪਣੇ ਨਾਲ ਲਰਾਉਣਾ ਚਾਹੁੰਦੀਆਂ ਸਨ ਪਹਿਲਾਂ ਡਿੰਪੀ ਨੂੰ ਮਾਰਨ ਦਾ ਸ਼ੱਕ ਹਰਨੀਵ ਕੌਰ ਤੇ ਗਿਆ ਪਰ ਪੁੱਛਗਿੱਛ ਤੋਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ ਇਸ ਤੋਂ ਬਾਅਦ ਸ਼ੱਕ ਦੀ ਸੂਈ ਰੋਕੀ ਫਾਜ਼ਲ ਕਤੇ ਗਈ ਡਿੰਪੀ ਅਤੇ ਰੋਕੀ ਦੋਵੇਂ ਹੀ ਮੁਖ्तार ਅंसारी ਲਈ ਕੰਮ ਕਰਦੇ ਸੀ ਅਤੇ ਬਾਅਦ ਵਿੱਚ ਡਿੰਪੀ ਮੁਖ्तार ਅंसारी ਤੋਂ ਅੱਡ ਹੋ ਕੇ ਯੂਪੀ ਦੇ ਹੀ ਇੱਕ ਹੋਰ ਲੀਡਰ ਲਈ ਕੰਮ ਕਰਨ ਲੱਗਾ ਸੀ ਸਾਲ 2008 ਦੇ ਜੁਲਾਈ ਮਹੀਨੇ ਵਿੱਚ ਰੋਕੀ ਨੂੰ ਚੰਡੀਗੜ੍ਹ ਚ ਗ੍ਰਿਫਤਾਰ ਕੀਤਾ ਗਿਆ ਪਰ 6 ਸਾਲ ਚੱਲੇ ਇਸ ਕੇਸ ਵਿੱਚ ਸਾਲ 2014 ਵਿੱਚ ਰੌਕੀ ਨੂੰ ਸਬੂਤ ਨਾ ਮਿਲਣ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ ਇਸ ਦੌਰਾਨ ਰੌਕੀ ਫਾਜ਼ਲਕਾ ਕਈ ਇਹੋ ਜਿਹੇ ਕੰਮ ਦੀ ਕੰਮ ਵੀ ਕਰਦਾ ਰਿਹਾ ਜਿਸ ਕਰਕੇ ਉਹਦਾ ਖਾਸ ਦੋਸਤ ਜੈਪਾਲ ਭੁੱਲਰ ਵੀ ਉਹਦਾ ਦੁਸ਼ਮਣ ਬਣ ਗਿਆ ਤੇ ਸਾਲ 2016 ਦੀ 30 ਅਪ੍ਰੈਲ ਨੂੰ ਜੈਪਾਲ ਭੁੱਲਰ ਰੌਕੀ ਫਾਜ਼ਲਕਾ ਦਾ ਕਤਲ ਕਰ ਦੰਦਾ ਕਤਲ ਮਗਰੋਂ ਇਹ ਸਮਝਿਆ ਜਾਂਦਾ ਏ ਕਿ ਡਿੰਪੀ ਚੰਦਪਾਣ ਦੇ ਮੁੰਡੇ ਨੇ ਰੌਕੀ ਨੂੰ ਮਾਰ ਕੇ ਪਿਓ ਦੀ ਮੌਤਾ ਬਦਲਾ ਲਿਆ ਪਰ ਜੈਪਾਲ ਭੁੱਲਰ ਫੇਸਬੁੱਕ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਾ ਏ ਤੇ 9 ਜੂਨ ਨੂੰ ਫਿਰ ਜੈਪਾਲ ਭੁੱਲਰ ਦਾ ਪੁਲਸ ਵੱਲੋਂ ਇਨਕਾਊਂਟਰ ਕਰ ਦਿੱਤਾ ਜਾਂਦਾ ਸੋ ਦੋਸਤੋ ਦੁਸ਼ਮਣ ਬਣ ਗੈਂਗਸਟਰ ਇਸ ਤਰ੍ਹਾਂ ਇੱਕ ਦੂਜੇ ਨੂੰ ਹੀ ਮਾਰਦੇ ਰਹੇ। ਸੋ ਦੋਸਤੋ ਇਹ ਸੀ ਕਹਾਣੀ ਡਿੰਪੀ ਚੰਦਪਾਨ ਦੀ। ਜਿੱਦਾਂ ਇਹਦਾ ਕਤਲ ਹੋਇਆ ਕਿੱਥੋਂ ਤੋਂ ਕਿੱਥੋਂ ਉੱਠ ਕੇ ਕਿੱਥੇ ਇਹਦੀ ਮੌਤ ਹੋਈ। ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ। ਸੋ ਮਿਲਦੇ ਆਂ ਆਪਾਂ ਅਗਲੀ ਜਾਣਕਾਰੀ ਦੇ ਨਾਲ ਉਦੋਂ ਤੱਕ ਦਿਓ ਆਗਿਆ ਸਤਿ ਸ਼੍ਰੀ ਅਕਾਲ।